ਰਾਈਜ਼ਿੰਗ ਪੰਜਾਬ ਨੂੰ ਲੈ ਕੇ ਲਗਾਤਾਰ ਕੈਬਨਿਟ ਮਿਨਿਸਟਰ ਇੱਥੇ ਪਹੁੰਚ ਰਹੇ ਨੇ। ਐਜੂਕੇਸ਼ਨ ਦੀ ਗੱਲ ਕਰ ਲਈਏ, ਹੈਲਥ ਦੀ ਗੱਲ ਕਰ ਲਈਏ, ਇੰਪਲਾਇਮੈਂਟ ਦੀ ਗੱਲ ਕਰ ਲਈਏ, ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਹੋ ਰਿਹਾ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਇਨਫਰਾਸਟ੍ਰਕਚਰ ਤੇ ਹੋਰ ਰੋਡ ਮੈਪ ਤਿਆਰ ਕੀਤੇ ਜਾ ਰਹੇ ਨੇ। ਸਾਡੇ ਨਾਲ ਅਜਿੰਪਾ ਜੀ ਨੇ। ਜਿੰਪਾ ਸਰ, ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਈ ਚੀਜ਼ਾਂ ਨੂੰ ਲੈ ਕੇ ਡਿਵੈਲਪਮੈਂਟ, ਚਾਹੇ ਐਜੂਕੇਸ਼ਨ ਹੋਵੇ, ਹੈਲਥ ਹੋਵੇ, ਇੰਪਲਾਇਮੈਂਟ ਹੋਵੇ, ਕਈ ਚੀਜ਼ਾਂ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ, ਤੁਸੀਂ ਕਿਸ ਤਰ੍ਹਾਂ? ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ, ਚਾਹੇ ਐਜੂਕੇਸ਼ਨ ਦੀ ਆਪਾਂ ਗੱਲ ਕਰ ਲਈਏ ਤਾਂ ਅਸੀਂ ਦੇਖਦੇ ਹਾਂ ਸਕੂਲ ਆਫ ਐਮੀਨੈਂਸ ਸ਼ੁਰੂ ਹੋਏ ਆ ਔਰ ਬਾਕੀ ਸਕੂਲਾਂ ਦੇ ਵਿੱਚ ਜਿਹੜੀ ਟੀਚਰਸ ਨੂੰ ਰੈਗੂਲਰ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਹੈ ਔਰ ਇਹਦੇ ਨਾਲ ਹੈਲਥ ਸੈਕਟਰ ਦੇ ਵਿੱਚ ਅਸੀਂ ਤਕਰੀਬਨ 700 ਤੋਂ ਤਕਰੀਬਨ ਮੁਹੱਲਾ ਕਲੀਨਿਕ ਜਿਹੜੇ ਖੁੱਲ੍ਹੇ ਆ ਔਰ ਲੋਕਾਂ ਲਈ ਪੀਣ ਵਾਲੇ ਪਾਣੀ ਦੇ ਲਈ ਜਿਹੜਾ ਹੈਗਾ ਉਹਦੇ ਉਚਿਤ ਪ੍ਰਬੰਧ ਕਰਦੇ ਹਾਂ। ਇਸ ਵੇਲੇ 2100 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਨਹਿਰੀ ਪਾਣੀ ਸਰਫੇਸ ਵਾਟਰ ਦੀਆਂ ਚੱਲ ਰਹੀਆਂ, ਜਿੰਨੇ ਵੀ ਕੰਮ ਚੱਲ ਰਹੇ ਆ ਉਹ ਵਿੱਚੋਂ ਬਹੁਤ ਸਾਰੇ ਕੰਮ ਕੰਪਲੀਟ ਕੀਤੇ ਜਾ ਰਹੇ ਔਰ ਨੀਅਰੈਸਟ ਆ ਕੰਪਲੀਟ ਹੋਣ ਦੇ। ਇੱਦਾਂ ਹੀ ਆਪਾਂ ਕਹਿ ਸਕਦੇ ਹਾਂ ਵੀ ਅੱਜ ਹੋਰ ਹੈਲਥ ਸੈਕਟਰ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਔਰ ਰੋਡ ਸੇਫਟੀ ਲਈ ਮੁੱਖ ਮੰਤਰੀ ਜੀ ਨੇ ਗੱਲ ਕੀਤੀ ਆ, ਉਹਦੇ ਲਈ ਬਹੁਤ ਇੰਪੋਰਟੈਂਟ ਚੀਜ਼ ਹੋ ਗਈ ਰੋਡ ਸੇਫਟੀ ਅੱਜ ਲਾਈਫ ਲਈ। ਉਹਦੇ ਲਈ ਉਹਨਾਂ ਨੇ ਕਿਹਾ ਅਲੱਗ ਤਰ੍ਹਾਂ ਦੀ ਫੋਰਨ ਸਟਾਈਲ ਜਿਹੜੀ ਟ੍ਰੈਫਿਕ ਪੁਲਿਸ ਹੈ ਉਹਦੇ ਲਈ ਸਰਕਾਰ ਜਿਹੜੀ ਪ੍ਰਪੇਅਰ ਹੋ ਰਹੀ ਆ। 1076 ਨੰਬਰ ਤੇ ਜਿਹੜੀ ਸਰਵਿਸ ਦਿੱਤੀ ਗਈ ਹੈ ਲੋਕਾਂ ਨੂੰ ਘਰ ਦੇ ਵਿੱਚ ਜਿਹੜਾ ਬੈਠਿਆਂ ਹੀ 43 ਸਰਵਿਸਿਸ ਮਿਲ ਗਈਆਂ, ਐਕਚੁਅਲੀ 90 ਤਰ੍ਹਾਂ ਦੀਆਂ ਸਰਵਿਸਿਸ ਹੈਗੀਆਂ ਜਿਹੜੀਆਂ ਲੋਕ ਧੱਕੇ ਖਾਂਦੇ ਰਹਿੰਦੇ, ਖੜੇ ਰਹਿੰਦੇ, ਜਾ ਕੇ ਵਾਰ ਵਾਰ ਚੱਕਰ ਕੱਟਣੇ ਪੈਂਦੇ ਆ। ਮੈਂ ਆਪਣੇ ਰੈਵਨਿਊ ਡਿਪਾਰਟਮੈਂਟ ਦੀ ਗੱਲ ਕਰਾਂ, ਮੁੱਖ ਮੰਤਰੀ ਦੇ ਆਦੇਸ਼ ਦੇ ਉੱਤੇ 6 ਤਰੀਕ ਨੂੰ ਕੈਂਪ ਲਗਾਇਆ ਗਿਆ, ਉਸ ਤੋਂ ਬਾਅਦ 15 ਤਰੀਕ ਨੂੰ ਉਹਨਾਂ ਦੇ ਆਦੇਸ਼ 'ਤੇ ਲਗਾਇਆ ਗਿਆ, ਜਿਹਦੇ ਵਿੱਚ 31,500 ਇੰਤਕਾਲ ਇੱਕ ਵਾਰ ਔਰ 39,000 ਦੇ ਕਰੀਬ ਇੰਤਕਾਲ ਇੱਕ ਵਾਰੀ ਦਰਜ ਲੋਕਾਂ ਨੂੰ ਕਾਫੀ ਜਿਹੜਾ ਹੈਗਾ ਖੱਜਲ ਖਵਾਰੀ ਬਚ ਰਾਹਤ ਕੀਤੇ ਗਏ ਔਰ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਅਸੀਂ ਆਨਲਾਈਨ ਕੀਤੀਆਂ। ਅੱਜ ਤੁਸੀਂ 500 ਰੁਪਏ ਦਾ ਸਟਾਮ ਜਿਹੜਾ ਹੈ ਘਰ ਬੈਠਿਆਂ ਆਨਲਾਈਨ ਕੱਢ ਸਕਦੇ ਆ, ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਇੱਦਾਂ ਹੋਰ ਬਹੁਤ ਸਾਰੀਆਂ ਖਾਨਗੀ ਤਕਸੀਮ ਦਾ ਪੋਰਟਲ ਹੈ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਜਿਹੜੀ ਆ ਲੋਕਾਂ ਦੀ ਕਨਵੀਨੀਅੰਸ ਲਈ ਕਰ ਰਹੀ ਹੈ। ਇਸ ਵੇਲੇ ਖਾਸ ਤੌਰ ਪਰ ਜਿੱਦਾਂ ਤੁਸੀਂ ਦੱਸਿਆ ਤਹਿਸੀਲ, ਸਬ ਤਹਿਸੀਲ ਜਿਹੜੇ ਹੈਗੇ ਲੋਕਾਂ ਦੀ ਖਵਜਲ ਖਵਾਰੀ ਜਿਹੜੀ ਹੈਗੀ ਉਹ ਬਚੀ ਹੈ ਔਰ ਉਸ ਤੋਂ ਇਲਾਵਾ ਮੁੱਖ ਮੰਤਰੀ ਨੇ ਤਕਰੀਬਨ 190 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਤਹਿਸੀਲਾਂ ਨੂੰ ਅਪਗ੍ਰੇਡ ਕਰਨ ਲਈ, ਉਹਨਾਂ ਦੀ ਬਿਲਡਿੰਗ ਨੂੰ ਲੋਕ ਰਜਿਸਟਰੀ ਕਰਨ ਜਾਂਦੇ ਆ, ਪਰ ਉੱਥੇ ਇੱਕ ਅੱਛਾ ਬਾਥਰੂਮ ਵੀ ਹੈ ਨੀਗਾ, ਕਿਸੇ ਲੇਡੀਜ਼ ਨੇ ਜਾਣਾ ਉਹ ਕਿੱਥੇ ਜਾਏਗਾ ਕੋਈ ਆਦਮੀ। ਇਹਦੇ ਲਈ ਵੀ ਮੁੱਖ ਮੰਤਰੀ ਜੀ ਨੇ 190 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਿਹਦੇ 'ਤੇ ਕੰਮ ਚੱਲ ਰਿਹਾ ਆ। ਬਿਲਕੁਲ, ਜਿੱਦਾਂ ਜਿੰਪਾ ਜੀ ਨੇ ਦੱਸਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ, ਚਾਹੇ ਉਹ ਡਿਵੈਲਪਮੈਂਟ ਦਾ ਗੱਲ ਹੋਵੇ, ਰੈਵਨਿਊ ਡਿਪਾਰਟਮੈਂਟ ਖਾਸ ਤੌਰ ਤੇ ਜੇ ਅਸੀਂ ਗੱਲ ਕਰੀਏ, ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ, ਆਉਣ ਵਾਲੇ ਸਮੇਂ 'ਚ ਵੀ ਹੋਰ ਚੀਜ਼ਾਂ ਨੂੰ ਲੈ ਕੇ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਕੰਮ ਕੀਤਾ ਜਾਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।